ਕੋਈ ਨਹੀਂ ਬਰਦਾਸ਼ਤ ਕਰਦਾ ਤੁਹਾਨੂੰ ਤੁਸੀਂ ਵੀ ਗੱਡੀਆਂ ਤੇ ਨਿਕਲ ਲੈ ਬਾਜੇ ਬੱਚੇ ਨਾਲ ਤੇ ਨਾ ਹੋ ਸਕਦਾ ਤੁਸੀਂ ਬਰਦਾਸ਼ਤ ਕਰਦਾ ਨਹੀਂ ਕਰਦਾ ਕੋਈ ਨਹੀਂ ਕਰਦਾ ਹੈ ਅੱਜ ਕਿਨਾਂ ਤੁਸੀਂ ਕਰ ਲੈ ਗੱਲ ਕਰਦੇ ਸਭ ਟਰੱਕ ਖੜੇ ਐ ਐਥਿਕਸ ਪਲੇਸ ਮਿਲ ਗਈ ਹੈ ਐਨੇ ਤਾਂ ਰੋਕ ਲਈ ਸੀ ਗੱਡੀ ਆਪਣੀ ਗੱਡੀ ਰੁਕ ਗਈ ਉਹ ਆ ਪਲੇਸ ਮਿਲ ਗਿਆ ਮੈਂ ਆਪਣੀ ਗੱਡੀ ਅੱਗੇ ਵਧਾ ਲਈ ਅਗਰ ਮੈਂ ਉੱਥੇ ਬ੍ਰੇਕ ਮਾਰ ਦਿੰਦੀ ਡਰ ਕੇ ਬੀਂਗ ਅ ਲੇਡੀ ਮੈਂ ਡਰ ਕੇ ਬ੍ਰੇਕ ਮਾਰ ਦਿੰਦੀ ਉਹ ਬੁਲਡੋਜ਼ਰ ਦਾ ਪਿਛਲਾ ਹਿੱਸਾ ਸਾਰਾ ਮੇਰੀ ਗੱਡੀ ਦਾ ਡਿੱਗ ਗਿਆ ਤੇ ਮੇਰੇ ਬੱਚਿਆਂ ਨੂੰ ਇਹਨਾਂ ਨੇ ਮਿਊਨਿਸਪੈਲਟੀ ਨੇ ਪਾਲਣਾ ਸੀਗਾ ਫਿਰ ਗਲਤੀ ਅਗਰ ਇੱਕ ਲੜਕੀ ਗੱਡੀ ਚਲਾ ਰਹੀ ਹੈ ਅੱਜ ਲੜਕੀ ਦੀ ਗਲਤੀ ਹੈ ਜੀ ਲੜਕੀ ਗੱਡੀ ਚਲਾ ਰਹੀ ਵਾਟ ਇਜ਼ ਦਿਸ ਲੜਕੀ ਗੱਡੀ ਚਲਾ ਰਹੀ ਹੈ ਖੁਦ ਤੁਸੀਂ ਕੈਮਰੇ ਅੱਗੇ ਆ ਕੇ ਤੁਸੀਂ ਮਾਫੀਆ ਮੰਗਦੇ ਪਏ ਹੋ ਪਹਿਲਾਂ ਤੁਸੀਂ ਗੱਡੀ ਨਹੀਂ ਰੋਕ ਰਹੇ ਕਮੀਰੇ ਗੱਡੀ ਚੋ लुधियाना नगर निगम के बुलडोजर के नाल हादसा होने तो चलते ही कार सवार महिला टीचर ने नगर निगम का ट्रक और बुलडोजर घेर लिया सड़क पर जम के हंगामा किया। जी हाँ, खराब सड़कों को लेकर नगर निगम समेत सरकार खिलाफ भी अपनी भड़ास भी उस महिला के वलों कढ़ी गई। दस दिए कि लुधियाना के ट्रांसपोर्ट नगर विखे कार सवार महिला टीचर है जिहड़े अपने बच्चों नूं स्कूल तो लैके आ रही थी कि अचानक आ रहे नगर निगम के ट्रक और बुलडोजर का जिहड़ा बैलेंस बिगड़ जांदा है उन्हां दी गड्डी दे नाल टकराउण लगता है, जिस तों बाद उक्त टीचर ने गड्डी भजा ली अते अगे जा के इस ट्रक चालक नूं रोकिया, जिस तों बाद दोवां दे विच ही माहौल जिहड़ा हंगामे भरिया हो गया। तो उधर उक्त महिला ने दोष लाया कि सड़कां ते वड्डे वड्डे खड्डे होण दे चलदे अजिहे हादसे हुंदे ने, कहा कि जेकर उह अपनी गड्डी अगे ना लैके जाते तो बुलडोजर ही उन्होंने गड्डी के उपर पलट जाना सी, कोई वड्डा हादसा जुड़ा हो सकता सी। उधर इस बाबत जब नगर निगम के गड्डी चालक नाल गलबात की गई तो उन्होंने कहा कि जंप होने के चलद बुलडोजर पलटन तो बचिया है पर कोई भी हादसा नहीं हुआ। उन्होंने कहा उक्त महिला उन्होंने झूठे दोष ला रही है। अपडेट लैके रूबरू होवे वेखते रहो लुधियाना लाइव। ਆਪਣੇ ਟ੍ਰਾਂਸਪੋਰਟ ਦਾ ਕੋਈ ਤਾਂ ਹੋਣਾ ਨਹੀਂ ਚਾਰਜ ਉੱਪਰ ਦਾ ਡੋਨਾ ਨੂੰ ਨਹੀਂ ਪਤਾ ਇਹਨੇ ਟੱਕ ਰੰਗ ਨੇ ਬੱਚਾ ਗੱਡੀ ਨਾਲ ਲੈ ਕੇ ਤੁਸੀਂ ਚੱਲੇ ਹੋ ਇੱਕ ਛੋਟੇ ਜੇ ਖੱਡੇ ਨੇ ਤੁਹਾਡੀ ਇੱਕ ਗੱਡੀ ਨੂੰ ਮਾਰ ਦੇ ਬਾਅਦ ਤੁਸੀਂ ਬਚ ਗਏ ਤੂੰ ਤਾਂ ਤੇ ਜੋੜ ਤੇ ਸਾਡੇ ਤੋਂ ਗਲਤੀ ਹੋ ਗਈ ਮੇਰੇ ਬੱਚੇ ਦੇ ਉੱਪਰ ਅਗਰ ਡਿੱਗ ਜਾਂਦੀ ਫਿਰ ਵੀ ਤੁਸੀਂ ਇਹ ਕਹਿੰਦੇ ਜੀ ਗਲਤੀ ਹੋ ਗਈ ਐਕਸੀਡੈਂਟ ਤੋਂ ਬਾਅਦ ਜਾਂ ਬਾਹਰ ਤੋਂ ਜੋੜ ਦੇਣੇ ਜੀ ਗਲਤੀ ਹੋ ਗਈ ਸਾਹਮਣੇ ਵਾਲੀ ਤਾਂ ਜਾਂਚ ਚਲੀ ਗਈ ਆਪਣੀ ਪੰਜਾਬ ਸਰਕਾਰ ਮੇਨ ਰੋਡ ਐਂਡ ਟ੍ਰਾਂਸਪੋਰਟ ਚੌਕ ਇੰਨੇ ਵੱਡੇ ਹੈਵੀ ਟਰੱਕ ਲੱਗ ਰਹੇ ਆ ਤੇ ਉਹਨਾਂ ਨੂੰ ਪਤਾ ਨਹੀਂ ਚੱਲਦਾ ਕਿ ਚੌਕ ਦਾ ਕੀ ਹਾਲ ਬਣਾ ਰੱਖਿਆ ਉਹਨਾਂ ਨੇ ਐਦਰੋਂ ਮੈਂ ਆਪਣੇ ਘਰ ਜਾ ਰਹੀ ਸੀ ਠੀਕ ਹੈ ਜੋਦੇਵਾਲ ਬਸਤੀ ਤੇ ਅਸੀਂ ਪਿੱਛੋਂ ਆ ਰਹੇ ਸੀ ਅਬ ਜੋ ਵੀ ਆ ਗੱਡੀ ਹੈ ਇਹਦੇ ਪਿੱਛੇ ਬੁਲਡੋਜ਼ਰ ਜੋ ਵੀ ਟੈਗ ਕੀਤਾ ਹੋਇਆ ਜੋ ਵੀ ਹੈ ਖਰਾਬ ਹੈ ਮਸ਼ੀਨ ਉਹਨੂੰ ਸਪੀਡ ਨਾਲ ਲੈ ਇਹ ਆਪਣੀ ਸਪੀਡ 'ਚ ਸੀਗੇ ਪਿੱਛੇ ਇੱਕ ਖੱਡਾ ਆਇਆ ਠੀਕ ਹੈ ਉਹ ਖੱਡੇ ਦੇ ਵਿੱਚ ਉਹਨਾਂ ਦਾ ਖੱਡਾ ਵੱਜਿਆ ਅਤੇ ਉਹ ਬੁਲਡੋਜ਼ਰ ਬਾਹਰ ਨਿਕਲ ਕੇ ਸਿੱਧਾ ਮੇਰੀ ਗੱਡੀ ਦੇ ਵਿੱਚ ਵੱਜਿਆ ਇਹ ਤਾਂ ਗੱਡੀ ਸਪੀਡ 'ਚ ਸੀਗੀ ਅਤੇ ਮੈਂ ਗੱਡੀ ਕੱਢ ਲਈ ਅਗਰ ਮੇਰੀ ਗੱਡੀ ਉੱਥੇ ਮੈਂ ਡਰ ਦੇ ਕਾਰਨ ਆਪਣੀ ਗੱਡੀ ਰੋਕ ਲੈਂਦੀ ਤਾਂ ਬੁਲਡੋਜ਼ਰ ਪੂਰਾ ਮੇਰੀ ਗੱਡੀ ਦੇ ਉੱਪਰ ਡਿੱਗਣਾ ਸੀ ਬਿਲਕੁਲ ਹੋ ਸਕਦਾ ਸੀ ਜਾਨ ਮਨ ਮੇਰੇ ਦੋਨੋਂ ਬੱਚੇ ਵਿੱਚ ਬੈਠੇ ਹੈ ਮੇਰੇ ਬੱਚਿਆਂ ਦੀ ਜਾਨ ਤੇ ਆਪ ਆ ਕੇ ਬਣ ਸਕਦੀ ਸੀ ਬਿਲਕੁਲ ਉਹ ਬੈਠੇ ਸਰ ਮੇਰੇ ਬੱਚੇ ਦੋਨੋਂ ਪੂਰੀ ਤਰ੍ਹਾਂ ਘਬਰਾਏ ਹੋਏ ਹੈ ਆ ਵੀ ਪਿੱਛੋਂ ਆਟੋ ਵਾਲੇ ਆ ਰਹੇ ਸੀ ਅਗਰ ਮੈਂ ਗੱਡੀ ਰੋਕਦੀ ਮੇਰੀ ਗੱਡੀ ਦੇ ਨਾਲ ਆ ਬੰਦਾ ਵੀ ਜਾਂਦਾ ਜਿਹੜਾ ਦਿਹਾੜੀ ਦਬਲਾ 200-400 ਰੁਪਏ ਕਮਾ ਕੇ ਆਪਣਾ ਘਰ ਪਾਲਦਾ ਪਿਆ ਮੈਂ ਗੱਡੀ ਤੋਂ ਉਤਰ ਕੇ ਮੈਂ ਅੱਗੇ ਆ ਕੇ ਰੋਕੀ ਇਹ ਫਿਰ ਵੀ ਮੈਨੂੰ ਕਹਿ ਰਹੇ ਸੀ ਸਾਈਡ ਹੋ ਜਾ ਬਟ ਮੈਂ ਗੱਡੀ ਦੇ ਮੂਹਰੇ ਆ ਕੇ ਹੀ ਆ ਗੱਡੀ ਰੋਕੀ ਗਈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰ ਮੇਨ ਚੌਕ ਹੈ ਟ੍ਰਾਂਸਪੋਰਟ ਨਗਰ ਦਾ ਤੁਸੀਂ ਹਾਲ ਦੇਖੋ ਖੱਡਿਆਂ ਦਾ ਹਾਲ ਦੇਖੋ ਇਲੈਕਸ਼ਨ ਦੇ ਵਿੱਚ ਆ ਸਾਰੀਆਂ ਰੋੜਾ ਬਣ ਜਾਣਗੀਆਂ ਇਹਨਾਂ ਦੀਆਂ ਔਰ ਇੱਕ ਬਾਰਿਸ਼ ਪੈਂਦੀ ਰੋੜਾ ਦਾ ਬੁਰਾ ਹਾਲ ਹੋ ਜਾਏਗਾ ਮੇਨ ਚੌਕ ਹੈ ਐਡੇ ਵੱਡੇ ਵੱਡੇ ਟਰਾਲੇ ਨਿਕਲਦੇ ਹੈ ਇੰਨੇ ਵੱਡੇ ਵੱਡੇ 8 ਟਾਇਰ ਦੇ 12 ਟਾਇਰ ਦੇ 16 ਟਾਇਰ ਦੇ 20 ਟਾਇਰ ਦੇ ਤੁਸੀਂ ਹਾਲ ਦੇਖੋ ਕਦੀ ਇੱਧਰ ਪਲਟੇ ਹੁੰਦੇ ਕਦੀ ਉੱਧਰ ਪਲਟੇ ਹੁੰਦੇ ਹੈ ਕਿਸੇ ਦੀ ਜਾਨ ਦੀ ਪਰਵਾਹ ਹੈ ਹੀ ਨਹੀਂ ਸਰਕਾਰ ਨੂੰ ਚਰਨਜੀਤ ਆ ਦੱਸੋ ਗੱਲ ਕੁਛ ਨਹੀਂ ਯਾਰ ਮਸ਼ੀਨ ਸਾਡੀ ਖਰਾਬ ਸੀਗੀ ਉਹਦੇ ਕਰਕੇ ਅਸੀਂ ਉੱਪਰ ਲਈ ਆਉਂਦੇ ਹਾਂ ਠੀਕ ਆ ਹੌਲੀ ਹੌਲੀ ਆ ਰਹੇ ਬਹੁਤੇ ਤੇਜ਼ ਵੀ ਉਹ ਹੁਣ ਇੱਧਰੋਂ ਸਾਈਡ ਵੀ ਦੇ ਰਿਹਾ ਸੀ ਉਹ ਢੋ ਆ ਗਿਆ ਉਹ ਮਸ਼ੀਨ ਜਿਵੇਂ ਉੱਪਰੋਂ ਵੈਸ ਪਾ ਲਈ ਮਸ਼ੀਨ ਜੀ ਇਹਦੇ ਉੱਤੇ ਜੜ ਗਈ ਆ ਤਾਂ ਉਛਲ ਗਏ ਮੇਰਾ ਵੀ ਵੱਜਣਾ ਸੀ ਮੇਰਾ ਵੀ ਵੱਜਣਾ ਸੀਗਾ ਮੈਂ ਤਾਂ ਪਿੱਛੇ ਬੈਕ ਗੇਅਰ ਮਾਰ ਕੇ ਇੱਕਦਮ ਬੈਕ ਗੇਅਰ ਮਾਰ ਕੇ ਪਿੱਛੇ ਗਿਰ ਗਈ